ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਜੀ ਅਸਲਾਮੁਅਲੈਕੁਮ ਰਹਿਮਤੁਲਾਹ ਮੈਂ ਉਮੀਦ ਕਰਦੀ ਹਾਂ ਜੀ ਤੁਸੀਂ ਸਭ ਵਧੀਆ ਹੋਵੋਗੇ ਫਸ ਕਲਾਸ ਹੋਵੋਗੇ ਅੱਲਾਹ ਦੀ ਰਹਿਮਤ ਨਾਲ ਚੰਗੇ ਭਲੇ ਹੋਵੋਗੇ ਜੀ ਅੱਜ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਮਜ਼ੇਦਾਰ ਜੀ ਰੈਸਪੀ ਬਹੁਤ ਹੀ ਲਾਜਵਾਬ ਤੇ ਜ਼ਬਰਦਸਤ ਜਈ ਵੈਜੀਟੇਬਲ ਬਿਰਿਆਨੀ ਵੀ ਤੁਸੀਂ ਕਹਿ ਸਕਦੇ ਹੋ ਤੇ ਸਬਜ਼ੀਆਂ ਵਾਲੇ ਚਾਵਲ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਬਹੁਤ ਹੀ ਮਜ਼ੇਦਾਰ ਜੇ ਬੰਦਿਆ ਜੀ ਇਹਦੇ ਵਾਸਤੇ ਜਿਹੜੀਆਂ ਸ਼ਾਵਾਂ ਲਈਆਂ ਹੈ ਜੀ ਮੈਂ ਇਹਦੇ ਵਾਸਤੇ ਜੀ ਸੁਪਰ ਬਾਸਮਤੀ ਦੇ 4 ਗਲਾਸ ਚਾਵਲ ਲੈ ਲੈਣੇ ਇਹਨਾਂ ਨੂੰ ਮੈਂ ਭਿਗੋ ਕੇ ਰੱਖ ਦਿੱਤਾ ਜੀ ਨਾਲ ਜਿਹੜੀਆਂ ਸਬਜ਼ੀਆਂ ਲਈਆਂ ਹੈ ਜੀ ਇਹਦੇ ਵਾਸਤੇ ਜੀ ਮੈਂ ਆਲੂ ਲੈ ਲੈਣੇ 1 ਕਿਲੋ ਆਲੂ ਇਹਨਾਂ ਇਸ ਤਰੀਕੇ ਨਾਲ ਕੱਟ ਲਿਆ ਨਾਲ ਬੰਦ ਗੋਭੀ ਲੈ ਲਈਏ ਜੀ ਨਾਲ ਅਸੀਂ ਲੈ ਲਈਏ ਜੀ ਗਾਜਰਾ ਇਹਦੇ ਨਾਲ ਜੀ ਲੈ ਲਈ ਇੱਕ ਸ਼ਮਲਾ ਮਰਚ ਇੱਕ ਪਾਉ ਮੋਂਗਰੇ ਲੈ ਲਈਏ ਜੀ ਅੱਧਾ ਕਿਲੋ ਲੈ ਲਈਏ ਜੀ ਅਸੀਂ ਮਟਰ ਜੀ ਇਹਦੇ ਨਾਲ ਲੈ ਲਿਆ ਜੀ ਅਸੀਂ ਦੋ ਬڑے ਪਿਆਜ਼ ਚਾਰ ਟਮਾਟਰ ਅਦਰਕ ਤੇ ਦੋ ਲੀਮੂ ਹਰਾ ਲਸਣ ਲਿਆ ਜੀ ਹਰਾ ਦੰਨ ਲਿਆ ਜੀ ਇਹਦੇ ਨਾਲ ਟਨਾਲੇ ਆ ਜੀ ਅਸੀਂ ਹਰੀਆਂ ਮਿਰਚਾਂ ਮਾਸ਼ਾਅੱਲਾ ਜੀ ਇਨਸ਼ਾਅੱਲਾ ਇਹਦੇ ਨਾਲ ਜੀ ਬਹੁਤ ਹੀ ਵਧੀਆ ਜੀ ਲਾਜਵਾਬ ਜੀ ਅਸੀਂ ਅੱਜ ਬਰੀਆਨੀ ਬਣਾਵਾਂਗੇ ਤੁਸੀਂ ਵੇਖੋਗੇ ਤੇ ਸਭ ਤੋਂ ਪਹਿਲਾਂ ਜੀ ਇਹਦੇ ਵਾਸਤੇ ਤੁਸੀਂ ਚਾਵਲ ਬੋਇਲ ਕਰਨੇ ਆ ਤੇ ਇੱਕ ਦੇਗ ਜੇ ਵਿੱਚ ਤੁਸੀਂ ਪਾਣੀ ਰੱਖ ਦੋਵੋ ਤੇ ਨਾਲ ਜੀ ਇਹਦੇ ਵਿੱਚ ਤੁਸੀਂ ਨਮਕ ਸ਼ਾਮਿਲ ਕਰ ਦੋ ਠੀਕ ਹੈ ਨਾਲ ਤੁਸੀਂ ਸ਼ਾਮਿਲ ਕਰ ਦੇਣਾ ਜੀ ਇਹਦੇ ਵਿੱਚ ਗਰਮ ਮਸਾਲਾ ਬਿਸਮਿਲਲਾਹਿ ਰਹਿਮਾਨ ਰਹਿਮ ਦੋ ਚਮਚੀ ਅਸੀਂ ਗਰਮ ਮਸਾਲੇ ਦੇ ਇਹਦੇ ਵਿੱਚ ਸ਼ਾਮਿਲ ਕਰ ਦੇਣੇ ਆ ਤੇ ਇਹਨੂੰ ਤੁਸੀਂ ਟੱਕ ਕੇ ਪਕਣ ਰੱਖ ਦੇਣਾ ਹੈ ਇਸ ਤਰੀਕੇ ਦੇ ਨਾਲ ਜੀ ਨਾਲ ਜੀ ਦੂਸਰੀ ਸਾਈਡ ਤੇ ਤੁਸੀਂ ਜਿਹੜਾ ਨਾ ਤੜਕਾ ਲਗਾਉਣਾ ਸਬਜ਼ੀਆਂ ਦਾ ਤੜਕਾ ਲਗਾਉਣਾ ਸ਼ੁਰੂ ਕਰ ਦੇਣਾ ਉਹਦੇ ਵਾਸਤੇ ਜੀ ਅਸੀਂ ਕਿਉ ਲੈ ਲੈਣਾ ਤੁਸੀਂ ਆਇਲ ਵੀ ਲੈ ਸਕਦੇ ਹੋ ਜੀ ਇਹਨੂੰ ਅਸੀਂ ਗਰਮ ਕਰ ਲੈਣਾ ਇਹਦੇ ਵਿੱਚ ਤੁਸੀਂ ਸ਼ਾਮਲ ਕਰ ਦੇਣਾ ਜੀ ਪਿਆਜ਼ ਨੂੰ ਪਿਆਜ਼ ਨੂੰ ਅਸੀਂ ਜ਼ਿਆਦਾ ਬਰਾਊਨ ਨਹੀਂ ਕਰਨਾ ਸੁਨਹਿਰੀ ਰੰਗ ਕਰਨਾ ਬਸ ਥੋੜਾ ਜਿਹਾ ਸੀ ਇਹਦੇ ਵਿੱਚ ਭੁੰਨ ਆਈਆਂ ਤੇ ਨਾਲ ਜੀ ਤੁਸੀਂ ਸ਼ਾਮਲ ਕਰ ਦੇਣਾ ਇਹਦੇ ਵਿੱਚ ਅਦਰਕ ਦਾ ਜਿਹੜਾ ਪੇਸਟ ਹੈ ਇਹਨੂੰ ਸ਼ਾਮਲ ਕਰਕੇ ਇਹਦੇ ਵਿੱਚ ਜੀ ਤੁਸੀਂ ਥੋੜੀ ਜਿਹੀ ਪੁਨਾਈ ਕਰ ਦੇਣੀ ਆ ਇਸ ਤਰੀਕੇ ਦੇ ਨਾਲ ਜੀ ਦੂਸਰੀ ਸਾਈਡ ਤੇ ਤੁਸੀ ਦੇਖਣਾ ਹੈ ਕਿ ਚਾਵਲ ਨੂੰ ਬੋਇਲ ਆ ਗਿਆ ਪਾਣੀ ਨੂੰ ਚਾਵਲਾਂ ਦੇ ਪਾਣੀ ਨੂੰ ਬੋਇਲ ਆ ਗਿਆ ਤੇ ਤੁਸੀ ਇੱਕ ਬੜਾ ਚਮਚ ਗੀਦਾ ਸ਼ਾਮਿਲ ਕਰ ਦੇਣਾ ਹੈ ਇਸ ਤਰੀਕੇ ਦੇ ਨਾਲ ਜੀ ਪਾਣੀ ਨੂੰ ਬੋਇਲ ਆ ਜਵੇ ਤੇ ਨਾਲ ਹੀ ਤੁਸੀ ਜਿਹੜਾ ਇਹਨਾਂ ਵਿੱਚ ਚਾਵਲ ਸ਼ਾਮਿਲ ਕਰ ਦੇਣੇ ਆ ਬਿਸਮਿਲ੍ਲਾਹਿ ਰਹਿਮਨ ਰਹਿੀਮ ਜੀ ਇਸ ਤਰੀਕੇ ਦੇ ਨਾਲ ਦੋਨੋਂ ਸ਼ਾਵਾਂ ਜੀ ਅਸੀਂ ਨਾਲੋ ਨਾਲ ਕਰਾਂਗੇ ਸਟੈਪ ਬਾਈ ਸਟੈਪ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਇਹ ਬਣ ਜਾਂਦੇ ਆ ਬਹੁਤ ਹੀ ਵਧੀਆ ਲੱਗਦੇ ਆ ਜੀ ਇਸ ਤਰੀਕੇ ਨਾਲ ਤੁਸੀ ਪਾਣੀ ਜਿਹੜਾ ਵਿੱਚ ਪਾਣੀ ਦੇ ਵਿੱਚ ਜਿਹੜਾ ਨਾ ਚਾਵਲ ਉਹ ਸ਼ਾਮਿਲ ਕਰ ਦੇਣੇ ਆ ਦੂਸਰੀ ਸਾਈਡ ਤੇ ਅਸੀਂ ਤੜਕਾ ਲਗਾਉਣੀ ਹੈ ਤੇ ਉਹਦੇ ਵਿੱਚ ਜੀ ਤੁਸੀ ਨੂੰ ਬismillah ਰਹਿਮਾਨ ਰਹਿਮ ਇਸ ਤਰੀਕੇ ਦੇ ਨਾਲ ਜੀ ਮੈਂ ਕੱਟ ਲੇ ਸੀ ਨਾਲ ਤੁਸੀਂ ਸ਼ਾਮਿਲ ਕਰਦੇ ਹਾਂ ਜੀ ਹਰੀਆ ਮਰਚਾ ਦਾ ਪੇਸਟ ਹਰੀਆ ਮਰਚਾ ਸੀ ਲਈਆਂ ਸੀ ਕਿ ਉਹਨਾਂ ਦਾ ਪੇਸਟ ਬਣਾ ਕੇ ਉਹ ਵੀ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਲਿਆ ਇਹਨਾਂ ਨੂੰ ਜੀ ਅੱਛੀ ਤਰ੍ਹਾਂ ਬੁਨਾਈ ਅਸੀਂ ਇਹਦੀ ਕਰ ਲੈਣੀ ਆ ਮਾਸ਼ਾ ਅੱਲਾ ਜੀ ਅਲਹਮਦੁਲਿਲਾ ਬਹੁਤ ਵਧੀਆ ਜੀ ਇਹਦੇ ਪਨਾਈ ਹੋ ਗਏ ਇਹ ਜਿਹੜੇ ਜੀ ਅਸੀਂ ਥੋੜਾ ਜਿਹਾ ਪਾਣੀ ਸ਼ਾਮਿਲ ਕਰ ਦੇਾਂਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਪਾਣੀ ਸ਼ਾਮਿਲ ਕਰ ਦਿਆ ਸੀ ਇਹਨਾਂ ਨੂੰ ਥੋੜਾ ਜਿਹਾ ਪੱਕਣ ਦਵਾਾਂਗੇ ਤੇ ਦੂਸਰੀ ਸਾਈਡ ਤੇ ਵੀ ਅਸੀਂ ਧਿਆਨ ਵਾਲੀ ਜਾਣਾ ਹੈ ਤੇ ਦੇਖ ਲੈਣਾ ਹੈ ਕਿ ਪਾਣੀ ਨੂੰ ਬੋਇਲ ਆ ਗਿਆ ਚਾਵਲ ਕਿ ਨਾਲ ਸਫੇਦ ਸਿਰਕਾ ਤੁਸੀਂ ਇਸੇ ਸ਼ਾਮਿਲ ਕਰਨਾ ਇਹਨਾਂ ਚਾਵਲ ਬਹੁਤ ਵਧੀਆ ਬੰਦੇ ਨੇ ਨਾ ਰੰਗ ਜਿਹੜਾ ਉਹ ਤਬਦੀਲ ਨਹੀਂਦਾ ਵਾਈਟ ਵਾਈਟੀ ਚਾਵਲ ਬੰਦੇ ਸਫੇਦ ਸਫੇਦ ਤੇ ਬਹੁਤ ਵਖਰੇ ਵਖਰੇ ਰਹਿੰਦੇ ਆ ਤੇ ਸੋਹਣੇ ਬੰਦੇ ਜੀ ਖੇਲ ਕੇ ਬੰਦੇ ਆ ਨਾਲ ਹੀ ਤੁਸੀਂ ਚੈੱਕ ਕਰ ਲੈਣਾ ਅਗਰ ਥੋੜੇ ਜਿਹਾ ਕੱਚੇ ਨੇ ਤੇ ਥੋੜਾ ਜਿਹਾ ਪੱਕਣ ਰੱਖ ਦਿਓ ਤੇ ਇਹਨਾਂ ਨੂੰ ਜੇ ਤੁਸੀਂ ਪਕਾ ਕੇ ਤੇ ਸਾਈਡ ਤੇ ਕਰ ਲੈਣਾ ਠੀਕ ਹੈ ਦੂਸਰੀ ਸਾਈਡ ਤੇ ਜੀ ਅਸੀਂ ਮਸਾਲੇ ਸ਼ਾਮਿਲ ਕਰਾਂਗੇ ਨਮਕ ਸ਼ਾਮਿਲ ਕਰ ਦਿਓ ਜੀ ਤੁਸੀਂ ਹਸਬੇ ਜ਼ਾਇਕੇ ਆਪਣੇ ਮਰਜ਼ੀ ਦੇ ਮੁਤਾਬਕ ਨਾਲ ਸ਼ਾਮਿਲ ਕਰ ਦਿਓ ਜੀ ਤੁਸੀਂ ਕਾਲੀ ਮਿਰਚ ਦੋ ਚਮਚ ਜੀ ਮੈਂ ਕਾਲੀ ਮਿਰਚ ਦੇ ਵਿੱਚ ਸ਼ਾਮਿਲ ਨਾਲ ਜੀ ਤੁਸੀਂ ਸ਼ਾਮਿਲ ਕਰ ਦੇਣੀ ਹੈ ਹਲਦੀ ਬਿਸਮਿਲ੍ਲਾ ਰਹਿਮਨ ਰਹਿਮ ਅੱਧੀ ਜੰਮ ਜੀ ਅਸੀਂ ਹਲਦੀ ਦੀ ਸ਼ਾਮਿਲ ਕੀਤੀਆਂ ਨਾਲ ਜੀ ਤੁਸੀਂ ਸ਼ਾਮਿਲ ਕਰ ਦੋ ਜਿਹੜਾ ਖੁਸ਼ਕ ਦਨੀਆ ਹੁੰਦਾ ਹੈ ਸੁੱਕਾ ਦਨੀਆ ਪਾਊਡਰ ਨਾਲ ਸ਼ਾਮਿਲ ਕਰ ਦੋ ਨਾ ਜ਼ੀਰਾ ਪਾਊਡਰ ਨਾਲ ਜੀ ਅਸੀਂ ਸ਼ਾਮਿਲ ਕਰ ਦਾਂਗੇ ਇਹਦੇ ਵਿੱਚ ਸਾਬਤ ਮਸਾਲਾ ਜਿਹੜਾ ਹੈ ਸਾਰੇ ਮਿਕਸਸ ਮਸਾਲੇ ਉਹ ਵਿੱਚ ਜੀ ਮੇਦੇ ਵਿੱਚ ਸ਼ਾਮਿਲ ਕਰ ਦਿੱਤਾ। ਇਹ ਸਾਰੇ ਮਸਾਲੇ ਨੂੰ ਜੀ ਸ਼ਾਮਿਲ ਕਰਕੇ ਤੁਸੀਂ ਵਧੀਆ ਜੀ ਦੀ ਪਣਾਈ ਕਰ ਲੈਣੀ ਬਹੁਤ ਵਧੀਆ ਜਾਂ ਮਜ਼ੇਦਾਰ ਜੀ ਇਹਨਾਂ ਨੂੰ ਇਹਨੂੰ ਤੁਸੀਂ ਭੁੰਨ ਲੈਣਾ ਹੈ। ਸਾਰੇ ਮਸਾਲੇ ਨੂੰ ਜੀ ਮਾਸ਼ਾਅੱਲਾ ਜੀ ਅਲਹਮਦੁਲਿਲਾ ਬਹੁਤ ਵਧੀਆ ਬਣੋਗੇ ਤੁਸੀਂ ਵੇਖੋਗੇ ਤੇ ਸਾਰਿਆਂ ਨੂੰ ਜ਼ਰੂਰ ਪਸੰਦ ਆਣਗੇ। ਅਲਹਮਦੁਲਿਲਾ ਜੀ ਅਸੀਂ ਵਧੀਆ ਜਾਂ ਇਹਨੂੰ ਭੁੰਨ ਲਿਆ ਹੈ। ਇਸ ਤਰੀਕੇ ਦੇ ਨਾਲ ਜੀ ਅਲਹਮਦੁਲਿਲਾ ਬਹੁਤ ਵਧੀਆ ਲੱਗਦਾ ਹੈ ਤੇ ਬਹੁਤ ਮਜ਼ਾ ਜੀ ਖੁਸ਼ਬੂ ਆਣ ਰਹੀ ਹੈ ਨਾਲ ਜੀ ਤੁਸੀਂ ਸ਼ਾਮਿਲ ਕਰ ਦੇਣਾ ਜੀ ਹਰਾ ਲਸਣ ਬਿਸਮਿਲ্লাহਿਰ ਰਹਿਮਾਨ ਰਹੀਮ ਇਸ ਤਰੀਕੇ ਨਾਲ ਜੀ ਤੁਸੀਂ ਹਰਾ ਲਸਣ ਜਿਹੜਾ ਹੈ ਸ਼ਾਮਿਲ ਕਰ ਦੇਣਾ ਤੇ ਇਹਨੂੰ ਵੀ ਜਦੋਂ ਤੁਸੀਂ ਥੋੜਾ ਜਿਹਾ ਭੁੰਨ ਲੈਣਾ ਭੁੰਨ ਕੇ ਤੇ ਨਾਲ ਹੀ ਤੁਸੀਂ ਸਬਜ਼ੀਆਂ ਸ਼ਾਮਿਲ ਕਰਨੀਆਂ ਸ਼ੁਰੂ ਕਰ ਦੇਣੀਆਂ ਸਭ ਤੋਂ ਪਹਿਲਾਂ ਅਸੀਂ ਸ਼ਾਮਿਲ ਕਰਾਂਗੇ ਜੀ ਆਲੂ ਬਿਸਮਿਲ্লাহਿਰ ਰਹਿਮਾਨ ਰਹੀਮ ਆਲੂ ਨੂੰ ਵਿੱਚ ਸ਼ਾਮਿਲ ਕਰ ਦੇਣਾ ਕਰਕੇ ਤੇ ਇਹਨਾਂ ਨੂੰ ਜੀ ਤੁਸੀਂ ਥੋੜਾ ਜਿਹਾ ਭੁੰਨ ਲੈਣਾ ਪਹਿਲੇ ਬਿਸਮਿਲ্লাহਿਰ ਰਹਿਮਾਨ ਰਹੀਮ ਇਸ ਤਰੀਕੇ ਦੇ ਨਾਲ ਜੀ ਆਲੂ ਥੋੜਾ ਗਰਮ ਤੇ ਟਾਈਮ ਲੈਂਦੇ ਨੇ ਸਭ ਤੋਂ ਪਹਿਲਾਂ ਸ਼ਾਮਿਲ ਕਰਨਾ ਨਾਲ ਤੁਸੀਂ ਸ਼ਾਮਿਲ ਕਰ ਦੇਣਾ ਜੀ ਗਾਜਰਾਂ ਨੂੰ ਬਿਸਮਿਲਲਾ ਰਹਿਮਨ ਇਸ ਤਰੀਕੇ ਨਾਲ ਜੀ ਮੈਂ ਲੰਬੀਆਂ ਲੰਬੀਆਂ ਗਾਜਰਾਂ ਜੁੜੀਆਂ ਨੇ ਇਹਨਾਂ ਦੀ ਜਿਹੜੇ ਸ਼ੇਪ ਆ ਉਹ ਇਸ ਤਰੀਕੇ ਦੇ ਨਾਲ ਰੱਖੀਏ ਬਹੁਤ ਵਧੀਆ ਲੱਗਦੀਆਂ ਨੇ ਤੇ ਸੋਹਣੀਆਂ ਲੱਗਦੀਆਂ ਚਾਵਲਾਂ ਦੇ ਵਿੱਚ ਨਾਲ ਤੁਸੀਂ ਸ਼ਾਮਿਲ ਕਰ ਦੇਣੀ ਹੈ ਜੀ ਮਟਰ ਬਿਸਮਿਲ্লাহির ਰਹਿਮਨ ਰਹਿੀਮ ਨਾਲੇ ਤੁਸੀਂ ਸ਼ਾਮਿਲ ਕਰ ਦੇਣੀ ਹੈ ਜੀ ਮੂੰਗਰੇ ਬਿਸਮਿਲ্লাহির ਰਹਿਮਨ ਰਹਿੀਮ ਸਾਰੇ ਸਬਜ਼ੀਆਂ ਸ਼ਾਮਿਲ ਕਰਕੇ ਤੇ ਇਹਨਾਂ ਨੂੰ ਜੀ ਤੁਸੀਂ ਵਧੀਆ ਜਿਹਾ ਭੁੰਨ ਲੈਣਾ ਹੈ ਕਿ ਅਸੀਂ ਬਨ ਗੋਭੀ ਤੇ ਜਿਹੜੀਆਂ ਸ਼ਮਲਾ ਮਰਚ ਉਹਨਾਂ ਨੂੰ ਸਭ ਪਹਿਲਾਂ ਨਹੀਂ ਸ਼ਾਮਿਲ ਕਰਨਾ ਕਿਉਂਕਿ ਸਭ ਬਹੁਤ ਜਲਦੀ ਉਗਲ ਜਾਂਦੀਆਂ ਤੇ ਫਿਰ ਉਹਨਾਂ ਦਾ ਉਹ ਸਵਾਦ ਨਹੀਂ ਆਉਂਦਾ ਜੇ ਉਹ ਮਜ਼ਾ ਨਹੀਂ ਆਉਂਦਾ ਇਸ ਲਈ ਅਸੀਂ ਜੀ ਉਹਨਾਂ ਨੂੰ ਆਖਰ ਤੇ ਹੀ ਸ਼ਾਮਿਲ ਕਰਾਂਗੇ ਇਹ ਜਿਹੜੀਆਂ ਸਬਜ਼ੀਆਂ ਥੋੜੀਆਂ ਗਲਣ ਨੂੰ ਟਾਈਮ ਲੈਂਦੀਆਂ ਇਹਨਾਂ ਨੂੰ ਜੀ ਅਸੀਂ ਪਹਿਲਾਂ ਸ਼ਾਮਿਲ ਕਰਕੇ ਤੇ ਇਹਨਾਂ ਨੂੰ ਜੀ ਅਸੀਂ ਭੁੰਨ ਲੈਣਾ ਪਹਿਲੋ ਬਿਸਮਿਲ্লাহ ਹ بسم اللہ الرحمن الرحیم ہر ਹਾਂਡੀ ਵਿੱਚ ਤੁਸੀਂ ਸ਼ਾਮਿਲ ਕਰਿਆ ਕਰੋ ਬਹੁਤ ਹੀ ਫਾਇਦੇ ਨੇ ਇਹਦੇ ਜੀ ਇਹਨੂੰ ਸ਼ਾਮਿਲ ਕਰਕੇ ਇਹਨੂੰ ਵਧੀਆ ਜਿਹਾ ਅਸੀਂ ਮਿਕਸ ਕਰ ਲੈਣਾ ਹੈ ਇਸ ਤਰੀਕੇ ਨਾਲ ਜ਼ਬਰਦਸਤ ਜਿਹਾ ਲਾਜਵਾਬ ਜਿਹਾ ਅਸੀਂ ਚਾਵਲ ਜ ਬਣਾਵਾਂਗੇ ਇਨਸ਼ਾਅੱਲਾ ਅਲਹਮਦੁਲਿਲਾ ਬਹੁਤ ਵਧੀਆ ਜਿਹਾ ਤੜਕਾ ਲਗਾ ਕੇ ਤੇ ਵਧੀਆ ਜਿਹਾ ਚਾਵਲ ਜਿਹੜੇ ਆ ਨਾ ਅਸੀਂ ਅੱਜ ਬਣਾਵਾਂਗੇ ਇਨਸ਼ਾਅੱਲਾ ਮਾਸ਼ਾਅੱਲਾ ਜੀ ਬਹੁਤ ਵਧੀਆ ਜਿਹਾ ਅਸੀਂ ਇਹਦਾ ਤੜਕਾ ਲਗਾ ਲਿਆ ਸਾਰਾ ਸਾਰੀਆਂ ਸਬਜ਼ੀਆਂ ਨੂੰ ਵਧੀਆ ਜਿਹੀ ਅਸੀਂ ਪੁਨਾਈ ਕਰ ਲਿਆ ਕਿ ਉਹ ਜਿਹੜਾ ਨਜ਼ਰ ਆਨ ਲੱਗਿਆ ਹੁਣ ਜੀ ਇੱਥੇ ਵੇ ਥੋੜਾ ਜਿਹਾ ਜਿਹਾ ਪਾਣੀ ਸ਼ਾਮਿਲ ਕਰਾਂਗੇ ਅੱਧਾ ਗਲਾਸ ਜਿਹਾ ਪਾਣੀ ਸ਼ਾਮਿਲ ਕਰਾਂ ਤਾਂਕਿ ਜਿਆਦਾ ਜਿਹੜੀਆਂ ਸਬਜ਼ੀਆਂ ਨੇ ਸਾਡੀਆਂ ਉਹ ਗਲ ਜਾਣ ਸਖਤ ਨਾ ਰਹਿਣ ਆਲੂ ਤੇ ਗਾਜਰਾਂ ਜਿਹੜੀਆਂ ਹਨ ਮੂੰਗੇ ਨਾਲ ਮਟਰ ਜੀ ਇਹਨਾਂ ਸਾਰੀਆਂ ਸਬਜ਼ੀਆਂ ਵਾਸਤੇ ਅਸੀਂ ਇੱਕ ਅੱਧਾ ਗਲਾਸ ਜਿਹੜਾ ਪਾਣੀ ਦਾ ਸ਼ਾਮਿਲ ਕਰਕੇ ਇਹਨੂੰ ਜੀ ਤੁਸੀਂ ਰੱਖ ਦੇਣਾ ਤੇ ਨਾਲ ਹੀ ਤੁਸੀਂ ਸ਼ਾਮਿਲ ਕਰ ਦੇਣੀ ਹੈ ਜੀ ਸ਼ਮਲਾ ਮਰਚ ਇੱਕ ਸ਼ਮਲਾ ਮਰਚ ਲਈਏ ਜੀ ਇਹਨੂੰ ਅਸੀਂ ਸ਼ਾਮਿਲ ਕਰਕੇ ਤੇ ਇਹਦੇ ਉੱਪਰ ਜੀ ਟਕਰਾਂ ਦੇ ਕੇ ਤੇ ਥੋੜੀ ਦੇਰ ਵਾਸਤੇ ਇਹਨੂੰ ਪੱਕਣ ਵਾਸਤੇ ਰੱਖ ਦਵਾਂਗੇ ਤਾਂਕਿ ਸਾਰੀਆਂ ਸਬਜ਼ੀਆਂ ਜੀ بسم اللہ الرحمن الرحیم الحمدللہ ماشاءاللہ جی ساری سبزیयां ਵਧੀਆ ਜੀ ਸਾਡੀਆਂ ਗਾਲੀਆਂ باقی ਜਿਹੜੀਆਂ ਰਹਿ ਗਈਆਂ ਉਹ ਅਸੀਂ ਦਮ ਦੇ ਵਿੱਚ ਦਮ ਲਗਾਵਾਂਗੇ ਤੇ ਉਹਦੇ ਵਿੱਚ ਗਲ ਜਾਣਗੀਆਂ ਨਾਲ ਹੀ ਜੀ ਹੁਣ ਤੁਸੀਂ ਸ਼ਾਮਿਲ ਕਰ ਦੇਣੀ ਹੈ ਵਿੱਚ ਬਨ ਗੋਬੀ بسم اللہ الرحمن الرحیم ਐਨਵੀ ਜੀ ਤੁਸੀਂ ਮਿਕਸ ਕਰ ਲੈਣਾ ਵਧੀਆ ਜਿਆ ਇਹਦਾ ਮਿਕਸ ਕਰ ਲਓ ਸਾਰੀ ਨੂੰ بسم اللہ الرحمن الرحیم ਇਨ ਨੂੰ ਜਿਸੂ ਸ਼ਾਮਿਲ ਕਰਕੇ ਨਾਰੀ ਤੁਸੀਂ ਸ਼ਾਮਿਲ ਕਰਦਿਨੀਆ ਵਿੱਚ ਚਾਵਲ ਬਿਸਮਿਲਲਾ ਰਹਿਮਨ ਰਹੀਮ ਜਿਹੜੀ ਸਬਜ਼ੀ ਹੈ ਨਾ ਅਸੀਂ ਉਹਦੀ ਤੈਹ નીચે ਰਹਿਣ ਦਿੰਨੀ ਆਂ ਅਨ ਅੱਛੀ ਤਰ੍ਹਾਂ ਸਹੀ ਕਰਕੇ ਤੈਹ ਉਹਦੀ ਬਣਾ ਕੇ ਉਹਦੇ ਉੱਪਰ ਜਿਹੜੀ ਚਾਵਲਾਂ ਦੀ ਤੈਹ ਲਗਾਉਣੀ ਆਂ ਅਸੀਂ ਸਬਜ਼ੀ ਨੂੰ ਵਿੱਚ ਕੜਨਾ ਨਹੀਂ ਹੈ ਤੈਹ ਬਾਏ ਤੈਹ ਲਗਾਣੀ ਐ ਇਸੇ ਇਸੇ ਤਰ੍ਹਾਂ ਇਹ ਹੀ ਪਕਾਵਾਂਗੇ ਉੱਪਰ ਸਾਰੇ ਚਾਵਲਾਂ ਦੀ ਤੁਸੀਂ ਤੈਹ ਲਗਾ ਦੇਣੀ ਆਂ ਤੇ ਇਨਸ਼ਾਅੱਲਾ ਬਹੁਤ ਵਧੀਆ ਬਣੋਗੇ ਬਹੁਤ ਹੀ ਮਜ਼ੇਦਾਰ ਬਣੋ ਅਸੀਂ ਹਰਾ ਲਸਣ ਜਿਹੜਾ ਹੈ ਨਾ ਉਹ ਸ਼ਾਮਿਲ ਕਰ ਦੇਣਾ ਹਰਾ ਲਸਣ ਜੇ ਇੱਕ ਇਸੇ ਰੱਖਾਂਗੇ ਤੇ ਨਾਲ ਅਸੀਂ ਜਿਹੜਾ ਹਰਾ ਧਨੀਆ ਜਿਹੜਾ ਹੈ ਨਾ ਉਹ ਇੱਕ ਰੁਮਾਲ ਦੇ ਨਾਲ ਇਹਨੂੰ ਦਮ ਲਗਾ ਦਿਓ 5-6 ਮਿੰਟ ਵਾਸੇ ਅਸੀਂ ਦਮ ਲਗਾ ਕੇ ਚਾਵਲ ਨੂੰ ਪਕਾਵਾਂਗੇ ਤਾਂ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਵਧੀਆ ਜੇ ਸਾਡੀਆਂ ਤਿਆਰ ਹੋ ਜਾਣ ਠੀਕ ਹੈ ਜੀ ਮਾਸ਼ਾਅੱਲਾ ਜੀ ਅਲਹਮਦੁਲਿਲਾ 5-6 ਮਿੰਟ ਵਾਸੇ ਜੀ ਮੈਂ ਦਮ ਲਗਾਇਆ ਸੀ ਬਹੁਤ ਵਧੀਆ ਜੇ ਸਾਡੇ ਚਾਵਲ ਮਾਸ਼ਾਅੱਲਾ ਅਲਹਮਦੁਲਿਲਾ ਬਹੁਤ ਵਧੀਆ ਜੇ ਸਾਡੇ ਚਾਵਲ ਤਿਆਰ ਹੋ ਗਏ ਨੇ ਜੀ ਜੇ ਵੈਜੀਟੇਬਲ ਬਰੀਆਨੀ ਤੁਸੀਂ ਕਹਿ ਸਕਦੇ ਹੋ ਸਬਜ਼ੀਆਂ ਵਾਲੇ ਮਿਕਸ ਸਬਜ਼ੀਆਂ ਵਾਲੇ ਚਾਵਲ ਵੀ ਕਹਿ ਸਕਦੇ ਹੋ ਇਹ ਸਰਦੀਆਂ ਵਿੱਚ ਮਾਸ਼ਾਅੱਲਾ ਜੀ ਬਹੁਤ ਪਸੰਦੀ ਕੀਤੇ ਜਾਂਦੇ ਨੇ ਸਭ ਬਹੁਤ ਜ਼ਿਆਦਾ ਸ਼ੌਕ ਨਾਲ ਖਾ ਲੈਂਦੇ ਆ ਤੇ ਜੀ ਬਹੁਤ ਜ਼ਬਰਦਸਤ ਲੱਗਦੇ ਆ ਬਹੁਤ ਲਾਜਵਾਬ ਲੱਗਿਆ ਇਹ ਤੁਸੀਂ ਜ਼ਰੂਰ ਇੱਕ ਵਾਰੀ ਬਣਾ ਕੇ ਦੇਖਨੇ ਲਾ ਤੇ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਬੱਚੇ ਮਾਸ਼ਾਅੱਲਾਹ ਜੀ ਬਹੁਤ ਸ਼ੌਕਦਨਾ ਖਾ ਲੈਂਦੇ ਆ ਅਗਰ ਤੁਹਾਡੇ ਬੱਚਿਆਂ ਦੀ ਇਹ ਸ਼ਿਕਾਇਤ ਆ ਕਿ ਉਹ ਸਬਜ਼ੇ ਨਹੀਂ ਖਾਂਦੇ ਹੈਗੇ ਤਾਂ ਤੁਸੀਂ ਜ਼ਰੂਰ ਇਹਨਾਂ ਨੂੰ ਇਸ ਤਰ੍ਹਾਂ ਚਾਵਲਾਂ ਦੇ ਵਿੱਚ ਸ਼ਾਮਲ ਕਰਕੇ ਸਬਜ਼ੀਆਂ ਨੂੰ ਤੇ ਉਹਨਾਂ ਨੂੰ ਚਾਵਲ ਬਣਾ ਕੇ ਦਿਓ ਤੇ ਇਨਸ਼ਾਅੱਲਾ ਉਹ ਜ਼ਰੂਰ ਖਾਂਗੇ ਤੇ ਬਹੁਤ ਵਧੀਆ ਲੱਗਦੇ ਬਹੁਤ ਜ਼ਬਰਦਸਤ ਬਹੁਤ ਫਰਮਾਇਸ਼ ਕਰਕੇ ਦੁਬਾਰਾ ਬਣਵਾਣਗੇ ਇਨਸ਼ਾਅੱਲਾ ਤੇ ਹੁਣ ਜੀ ਇਹਨਾਂ ਨੂੰ ਜੀ ਅਸੀਂ ਇੱਕ ਪਲੇਟ ਦੇ ਵਿੱਚ ਇਸ ਤਰ੍ਹਾਂ ਟ੍ਰੇ ਦੇ ਵਿੱਚ ਕੱਢ ਲਵਾਂਗੇ ਸਾਰੇ ਜਿਵੇਂ ਮਾਸ਼ੇਅੱਲਾ ਬਹੁਤ ਵਧੀਆ ਜੀ ਗਰਗੀਆਂ ਤੇ ਬਹੁਤ ਜ਼ਬਰਦਸਤ ਜੀ ਖੁਸ਼ਬੂ ਆਣੀ ਲਾਜਵਾਬ ਜਾਈ ਅਲਹਮਦੁਲਿਲਾ ਜੀ ਬਹੁਤ ਆਸਾਨ ਜੇ ਤਰੀਕੇ ਨਾਲ ਮੈਂ ਬਣਾਇਆ ਉਹ ਤੁਹਾਡੇ ਸਾਹਮਣੇ ਬਣਾਇਆ ਸਾਰੇ ਤੇ ਆਸਾਨ ਜੇ ਤਰੀਕਾ ਸੀ ਕੋਈ ਮੁਸ਼ਕਲ ਨਹੀਂ ਆਈ ਤੇ ਤੁਸੀਂ ਜ਼ਰੂਰ ਇੱਕ ਵਾਰ ਮਰਤਬਾ ਬਣਾ ਕੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ ਕਿ ਤੁਹਾਡੇ ਚਾਵਲ ਕਿਦਾਂ ਦੇ ਬਣੇ ਆ ਤੇ ਸਭ ਨੂੰ ਕਿਸ ਨਾ ਲੱਗੇ ਆ ਬਹੁਤ ਵਧੀਆ ਲੱਗੂਗੇ ਇਨਸ਼ਾ ਅੱਲਾ ਮੈਂ ਗਰੰਟੀ ਹੀ ਦਿੰਦੀ ਆ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਸਭ ਬਹੁ ਸ਼ੌਕ ਨਾਲ ਤੇ ਤੜ ਕੋ ਦੁਬਾਰਾ ਫਰਮਾਇਸ਼ ਨਾਲ ਜ਼ਰੂਰ ਬਣਵਾਣਗੇ ਤੇ ਇਨਸ਼ਾ ਅੱਲਾ ਜੀ ਬਹੁਤ ਮਜ਼ੇਦਾਰ ਜੇ ਬਣਿਆ ਅਗਰ ਜੀ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੋਵੇ ਤੇ ਤੁਹਾਨੂੰ ਮੇਰਾ ਬ੍ਰਾਂਡ ਦਾ ਤਰੀਕਾ ਵਧੀਆ ਲੱਗਦਾ ਹੋਵੇ ਤੇ ਤੁਸੀਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾ ਤੇ ਮੇਰੀ ਵੀਡੀਓ ਨੂੰ ਵੀ ਲਾਈਕ ਜ਼ਰੂਰ ਕਰਨਾ ਜੀ ਇਸ ਵੀਡੀਓ ਨੂੰ ਤੁਸੀਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਤੱਕ ਵੀ ਜ਼ਰੂਰ ਪਹੁੰਚਾਣਾ ਵਾ ਸ਼ੇਅਰ ਕਰਨਾ ਵਾ ਜੀ ਅਗਰ ਮੈਂ ਤੁਹਾ ਆਪਣੇ ਘਰ ਵਿੱਚ ਅੱਲਾਹ تعالی ਸਭ ਦੀਆਂ ਖਵਾਹਿਸ਼ਾਂ ਨੂੰ ਪੂਰਾ ਕਰੇ ਜੀ ਫਿਰ ਮੈਂ ਹਾਜ਼ਰ ਹੋਵਾਂਗਾ ਇੱਕ ਨਵੀਂ ਵੀਡੀਓ ਲੈ ਕੇ ਉਨਦੇ ਤੱਕ ਜੀ ਅੱਲਾਹ ਹਾਫਿਜ਼